ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾ ਪਾਤ ਸਾਹੋ, ਨਿਹਚਲ ਚੌਰ ਛੱਤ, ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ, ਗੁਰਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਧਾਰਨ ਹੈ, ਭਉਜਲ ਬਿਖਮ ਸਗਾਹੋ, ਗੁਰ ਬੋਹੇ ਥੈ ਤਾਰਿਅਮ, ਨਾਨਕ ਪੂਰ ਕਰਮ, ਸਤਿਗੁਰ ਚਰਣੀ ਲੱਗਿਆ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ। ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ, ਨਾਮ ਸਰੂਪ ਸ਼ਬਦ ਸਰੂਪ ਪ੍ਰਣਵ ਸਰੂਪ, ਰਿਥੇ ਬਸ ਲਈ ਜੁਗੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਜੋਤ, ਕਲਯੁਗ ਕੇ ਬੋਹਿਤ, ਤਖਤ ਚਵਰ ਛਤਰ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਬਾਣੀ 'ਚ ਕਹਿੰਦੇ, ਗੁਰ ਜੈਸਾ ਨਾ ਹੀ ਕੋ ਦੇਵ। ਬੜੇ ਦੇਵਤੇ ਆ ਦੁਨੀਆਂ ਦੇ ਵਿੱਚ, ਪਰ ਗੁਰੂ ਵਰਗਾ ਕੋਈ ਵੀ ਨਹੀਂ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਹਦੇ ਬਹੁਤੇ ਉੱਚੇ ਭਾਗ ਹੋਣ, ਉਹ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਹਨ। ਇਹ ਜਿੰਨੇ ਵੀ ਸੰਤ ਸਾਧੂ ਹਨ, ਕਥਾ ਕੀਰਤਨ ਕਰਦੇ, ਗੁਰੂ ਮਹਾਰਾਜ ਦੀ ਸੇਵਾ ਕਰਦੇ ਹਨ, ਗੁਰਦੁਆਰੇ ਦੀ ਸੇਵਾ, ਸੰਗਤ ਦੀ ਸੇਵਾ, ਬਾਣੀ ਦਾ ਪ੍ਰਚਾਰ ਪ੍ਰਸਾਰ, ਇਹ ਸਾਰੀ ਗੁਰੂ ਦੀ ਸੇਵਾ। ਇਹਨਾਂ ਦੇ ਬੜੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਸਤਿਗੁਰੂ ਐਸੀ ਸੇਵਾ ਦਿੰਦਾ ਹੈ। ਆਓ ਬੜੇ ਪ੍ਰੇਮ ਦੇ ਨਾਲ, ਜੋ ਬਾਬਾ ਬਲਵਿੰਦਰ ਸਿੰਘ ਜੀ ਨੇ ਉਪਰਾਲਾ ਕੀਤਾ ਹੈ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਔਰ ਮਹਾਂਪੁਰਖ ਕਹਿਣੀ ਅਤੇ ਕਥਨੀ ਦੇ ਪੂਰੇ ਸੂਰੇ ਅਸਲੀ ਖਾਲਸੇ
ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ। ਉਹਨਾਂ ਮਹਾਂਪੁਰਖਾਂ ਦੀ ਯਾਦ ਅੱਜ ਬਾਬਾ ਜੀ ਮਨਾ ਰਹੇ ਨੇ। ਇਸ ਸਮਾਗਮ ਦੇ ਵਿੱਚ ਤੁਸੀਂ ਸਾਰੇ ਹਾਜ਼ਰੀਆਂ ਭਰਦੇ ਪਏ ਆ, ਆਪਣੀ ਜ਼ੁਬਾਨ ਨੂੰ ਸੁੱਚੀ ਕਰੀਏ। ਲੋਕ ਕਹਿੰਦੇ ਨਹਾ ਕੇ ਹੁੰਦੀ ਆ, ਧੋ ਕੇ ਹੁੰਦੀ ਆ, ਉਹ ਤਾਂ ਸਾਫ਼ ਹੁੰਦੀ ਹੈ, ਸੁੱਚੀ ਤਾਂ ਹੁੰਦੀ ਇੱਕ ਤਰ੍ਹਾਂ ਹੀ, ਬਸ ਸਤਨਾਮ ਸ੍ਰੀ ਵਾਹਿਗੁਰੂ ਆਖਿਆ, ਉੱਦਾਂ ਨਹੀਂ ਸੁੱਚੀ ਹੁੰਦੀ। ਸੁੱਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ, ਉੱਦਾਂ ਕਿੱਦਾਂ ਸੁੱਚੀ ਹੋ ਗਈ। ਸੁੱਚੇ ਇਹ ਨਾ ਆਖੀਅਨ ਬਹਿਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੈ ਏ ਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਤਾਂ ਜ਼ਬਾਨ ਸੁੱਚੀ ਹੁੰਦੀ ਆ ਗੋਬਿੰਦ ਜੀ ਦਾ ਨਾਮ ਜਪਣ ਕਰਕੇ। ਅਤੇ ਜਿਹੜੇ ਬੰਦੇ ਦੀ ਜ਼ਬਾਨ ਦੇ ਵਿੱਚੋਂ ਵਾਹਿਗੁਰੂ ਦਾ ਨਾਂ ਨਹੀਂ ਨਿਕਲਦਾ, ਉਹਦੇ ਬਾਰੇ ਪੰਜਵੇਂ ਪਾਤਸ਼ਾਹ ਕਹਿੰਦੇ ਉਹ ਮੁੱਖ, ਉਹ ਤਾਂ ਗੰਦਗੀ ਦਾ ਥਾਂ ਹੈ। ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵਤ ਤਾਕੈ ਦੁਰਗੰਧ। ਜਿਹੜੇ ਮੂੰਹ ਦੇ ਵਿੱਚੋਂ ਇਹ ਨਹੀਂ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ, ਆਓ ਇਸ ਜ਼ਬਾਨ ਨੂੰ ਸੁੱਚਾ ਕਰੀਏ, ਸਫਲਾ ਕਰੀਏ। ਨਾਲ ਨਾਲ ਟਾਈਮ ਵੀ ਵੇਖੀ ਜਾਣਾ ਆਪਾਂ, ਸਾਰੀ ਸੰਗਤ ਇੱਕ ਵਾਰੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਵੱਡੇ ਮਹਾਂਪੁਰਖਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇੱਕ ਬੰਨੇ ਹਨ ਹੋਤੀ ਮਰਦਾਨ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ, ਦੂਸਰੇ ਬੰਨੇ ਹਨ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਇੱਕ ਮਹਾਂਪੁਰਖ ਨੇ ਸਾਰੀ ਉਮਰ ਨਾਮ ਦੀ ਕਮਾਈ ਕੀਤੀ, ਪਰਮੇਸ਼ਰ ਦਾ ਨਾਮ ਜਪਿਆ, ਬਾਣੀ ਦੀ ਆਰਾਧਨਾ ਕੀਤੀ। ਦੂਜੇ ਮਹਾਂਪੁਰਖ ਨੇ ਸਾਰੀ ਉਮਰ ਬਾਣੀ ਦਾ ਪ੍ਰਚਾਰ ਕੀਤਾ ਤੇ ਸੰਗਤ ਨੂੰ ਪਰਮੇਸ਼ਰ ਸਰੂਪ ਸਮਝਿਆ। ਅੱਜ ਕੱਲ੍ਹ ਦੇ ਸਾਡੇ ਪ੍ਰਚਾਰਕ ਵੀਰ ਕਈ ਵਾਰੀ ਸੰਗਤ ਦੇ ਵਿੱਚ ਵੱਧ ਘੱਟ ਗੱਲ ਕਰ ਜਾਂਦੇ ਆ, ਜ਼ਬਾਨ ਹੋਈ ਆਮ ਬੰਦੇ ਹੋਏ ਅਸੀਂ, ਪਰ ਸੰਤਾਂ ਨੇ ਕਿੱਡਾ ਅਸਰ ਸਮਝਿਆ ਵੀ ਮੈਂ ਸੰਗਤ ਵਿੱਚ ਕਹਿੰਦਾ ਰਿਹਾ ਵਾਂ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਅਤੇ ਜੇ ਸਿੱਖੀ ਸਿਦਕ ਜਾਣ ਲੱਗਾ ਤਾਂ ਸੰਤਾਂ ਨੇ ਸਰੀਰ ਛੱਡਤਾ, ਪਰ ਸੰਗਤ ਵਿੱਚ ਕੀਤੇ ਹੋਏ ਬਚਨ ਨੂੰ ਝੂਠਾ ਨਹੀਂ ਪੈਣ ਦਿੱਤਾ, ਨਿਸਫਲ ਨਹੀਂ ਜਾਣ ਦਿੱਤਾ। ਐਸੇ ਮਹਾਂਪੁਰਖ ਅਤੇ ਇਹੋ ਜਿਹੇ ਮਹਾਂਪੁਰਖ ਵਿਹਲੇ ਬੈਠਿਆਂ ਨਹੀਂ ਬਣਦੇ, ਸਾਰੀ ਦਿਹਾੜੀ ਟੈਲੀਫੋਨ ਦਾ ਮੂੰਹ ਹੀ ਵੇਖੀ ਜਾਂਦੇ ਆ, ਨਵੇਂ ਮੋਬਾਈਲ ਚੱਲੇ ਟੀਵੀ ਜਿਹੜੇ, ਅਤੇ ਫਿਰ ਕਹਿੰਦੇ ਮਿਲਣਾ ਰੱਬ ਨੂੰ, ਗੱਲ ਕਰਦੇ ਉੱਤੇ ਰੱਬ ਦੀ। ਇਹੋ ਜਿਹੇ ਮਹਾਂਪੁਰਖ ਵਿਹਲੇ ਬੈਠਿਆਂ ਨਹੀਂ ਬਣਦੇ, ਸੁੱਤਿਆਂ ਨਹੀਂ ਬਣਦੇ, ਇਹ ਤਾਂ ਬਣਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਵੇ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਕਹਿੰਦੇ ਕੋਈ ਵਿਰਲਾ ਮਰਦ ਆ ਜਿਹੜਾ ਇੰਨੀ ਸੇਵਾ ਕਰੇ, ਇੰਨਾ ਸਿਮਰਨ ਕਰੇ ਅਤੇ ਕਬੂਲ ਹੋ ਜਾਏ ਖਸਮ ਨੂੰ ਪਰਮੇਸ਼ਰ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਖਸਮ ਦੇ ਨਾਲ ਮਿਲਣ ਵਾਸਤੇ ਬੜਾ ਤਪ ਕੀਤਾ ਆਪਣੀ ਜ਼ਿੰਦਗੀ 'ਚ, ਤਹਿ ਹਮ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਆਰਾਧੀ।
ਇਹ ਬਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਏ। ਦੋ ਸੀ ਇੱਕ ਬਣ ਗਏ, ਇੰਨਾ ਤਪ ਕੀਤਾ, ਇੰਨੀ ਬੰਦਗੀ ਕੀਤੀ, ਇੰਨਾ ਭਜਨ ਕੀਤਾ। ਐਸੇ ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਕਮਾਈ ਕੀਤੀ। ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਰਾਤ ਨੂੰ ਕਈ ਵਾਰੀ 11-11 ਵਾਜਾਂ ਨੇ ਦੀਵਾਨ ਦੇ ਵਿੱਚੋਂ ਸਮਾਪਤੀ ਕਰਦਿਆਂ ਸੌਂਦਿਆਂ, ਪਰ ਮਜਾਲ ਆ ਵੀ ਸਵੇਰੇ ਸੁੱਤੇ ਰਹਿ ਜਾਣਗੇ 8-9 ਵਜੇ ਤੱਕ। ਫਿਰ 2:30-3 ਵਜੇ ਖੜ੍ਹੇ ਹੁੰਦੇ ਸੀ ਅਤੇ ਵੱਡਾ ਗੁੜਕਾ ਸਾਹਿਬ ਜਿਹਨੂੰ ਬੇਅੰਤ ਬਾਣੀਆਂ ਸੁੰਦਰ ਗੁੜਕਾ ਕਹਿੰਦੇ, 5 ਬਾਣੀਆਂ 5 ਗ੍ਰੰਥੀ ਦਾ ਨਿਤਨੇਮ ਕਰਨਾ। ਸਵੇਰੇ ਕਈ ਵਾਰੀ 4 ਵਜੇ ਕਥਾ ਸ਼ੁਰੂ ਕਰ ਦੇਣੀ ਵੀ ਮੈਂ 4 ਵਜੇ ਪਹੁੰਚ ਜਾਊਂਗਾ, ਸੰਗਤ ਨੂੰ ਕਹਿਣਾ, ਅਤੇ ਸੰਗਤ 'ਚ ਵੀ ਇੰਨੀ ਖਿੱਚ, 4 ਵਜੇ ਸੰਗਤ ਪਹੁੰਚੀ ਹੁੰਦੀ ਹੈ। ਅਤੇ ਗੱਡੀ ਦੇ ਵਿੱਚ ਜਾਂਦਿਆਂ ਜਿੰਨਾ ਕੁ ਟਾਈਮ ਲੱਗਣਾ ਗਾਂਹ ਜਾਂਦਿਆਂ, ਉਦੋਂ ਨੀਂਦ ਪੂਰੀ ਕਰ ਲੈਣੀ ਆਪਦੀ ਜਿੰਨੀ ਗਾਗੀ ਦੀ। ਫਿਰ 25 ਪਾਠ ਜਪਜੀ ਸਾਹਿਬ ਦੇ ਕਰਨੇ, ਫਿਰ 10-10 ਜਗ੍ਹਾ ਕਥਾ ਕਰਨੀ, ਫਿਰ ਸਿੰਘਾਂ ਨੂੰ ਕਥਾ ਪੜ੍ਹਾਉਣੀ ਵੀ, ਵਿਦਿਆ ਵੀ ਪੜ੍ਹਾਉਣੀ। ਅਤੇ ਹੱਸ ਕੇ ਕਹਿਣਾ, ਇੱਕ ਵਾਰੀ ਸਾਡੇ ਲਾਗੇ ਪਿੰਡ ਸੰਗਤਪੁਰਾ, ਉੱਥੇ ਗਏ ਰਾਤ ਨੂੰ 11 ਵਜੇ ਕਥਾ ਕਰ, ਅਤੇ ਸੰਗਤ ਨੂੰ ਕਹਿੰਦੇ, ਸੰਗਤ ਜੀ ਮੇਰੇ ਤੋਂ ਸਿਰਫ 1.5 ਘੰਟਾ ਸੌਣ ਲਈ ਬਚਿਆ, ਅਤੇ ਤੁਸੀਂ ਹੁਣ ਸਿੱਧੇ ਹੋ ਕੇ ਬਹੁ, ਮੈਂ ਕਥਾ ਕਰਦਾ। ਐਸੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ, ਅਤੇ ਇਸ ਇਲਾਕੇ ਦੇ ਵਿੱਚ ਮੇਰੇ ਖਿਆਲ ਨਾਲ ਜੇ ਸਭ ਤੋਂ ਵੱਧ ਕੋਈ ਮੰਨੀ ਪਰਮੰਨੀ ਹਸਤੀ ਆ, ਅਤੇ ਉਹ ਸੰਤ ਬਾਬਾ ਜਵਾਲਾ ਸਿੰਘ ਜੀ ਹੈ। ਇਸ ਇਲਾਕੇ 'ਚ ਬੜੇ ਸਾਧੂ ਹੋਏ ਨੇ, ਬੜੇ ਸੰਤ ਹੋਏ, ਪਰ ਵੱਡੀ ਗੱਲ ਆ, ਔਖੀ ਗੱਲ ਆ, ਸਭ ਤੋਂ ਔਖਾ ਬਾਣੀ ਦੇ ਵਿੱਚ ਲਿਖਿਆ ਵੀ ਨਾਮ ਦੀ ਕਮਾਈ ਕਰਨੀ, ਨਾਮ ਦੀ ਤਸੀਰ ਝੱਲਣੀ ਬੜੀ ਔਖੀ ਹੈ। ਅਵਲ ਤੇ ਲੋਕ ਨਾਮ ਜਪਦੇ ਹੀ ਨਹੀਂ, ਜੇ ਜਪਣ ਲੱਗ ਪੈਣ ਫਿਰ ਸਾਰੀ ਦਿਹਾੜੀ ਸਾਰੇ ਪਿੰਡ ਨੂੰ ਹੀ ਦੱਸਦਾ ਫਿਰਦਾ ਵੀ ਮੈਂ ਅੱਜ ਸੁਖਮਣੀ ਸਾਹਿਬ ਪੜ੍ਹਿਆ, ਮੈਂ ਅੱਜ ਜਪਜੀ ਸਾਹਿਬ ਪੜ੍ਹਿਆ। ਪਰ ਮੇਰੇ ਹਿਸਾਬ ਨਾਲ ਇਹ ਜਿਹੜੇ ਸੰਤ ਆ ਨਾ, ਸੰਤ ਇਹ ਕੋਈ ਹੋਰ ਹੀ ਸ਼ੈ। ਮੈਂ ਬੜੀ ਕਥਾ ਕਰਦਾ, ਲੜੀਵਾਰ ਕਥਾ ਕਰਦਾ, ਇਤਿਹਾਸ ਦੀ ਕਥਾ ਕਰਦਾ, ਵਿਦਾਨ ਦੀ ਕਥਾ ਕਰਦਾ, ਪਰ ਜੇ ਉਹ ਸੰਤਾਂ ਬਾਰੇ ਸੋਚੀਦਾ ਤਾਂ ਗੱਲ ਮੁੱਕ ਜੇ ਜਾਂਦੀ ਹੈ। ਆਪਾਂ ਅਧੂਰੇ ਬੰਦੇ ਹਾਂ ਅਤੇ ਪੂਰੇ ਸੰਤਾਂ ਦੀ ਗੱਲ ਕਿਹੜੀ ਜ਼ਬਾਨ ਨਾਲ ਕਰਾਂਗੇ? ਸਾਨੂੰ ਪਤਾ ਹੀ ਨਹੀਂ ਉਹ ਕਿੱਥੇ ਰਹਿੰਦੇ ਸੀ, ਕੀ ਅਵਸਥਾ ਸੀ। ਉਹ ਸੰਗਤ ਨੂੰ ਆਪਣੀ ਬੁੱਧੀ ਮੁਤਾਬਕ ਦੱਸ ਸਕਾਂਗੇ ਥੋੜ੍ਹਾ ਬਹੁਤਾ ਮਹਾਰਾਜ ਦਾ ਚਾਨਣ ਲੈ ਕੇ। ਬਾਣੀ ਦੇ ਵਿੱਚ ਸੰਤਾਂ ਦੀ ਵਿਆਖਿਆ ਤੁਸੀਂ, ਆਪਾਂ ਆਮ ਬੰਦੇ ਆਪਾਂ ਕੀ ਵਿਆਖਿਆ ਕਰਨੀ ਆ? ਪੰਜਵੇਂ ਪਾਤਸ਼ਾਹ ਕਹਿੰਦੇ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਇਹ ਤੋਂ ਵੱਧ ਕੀ ਕਹਿ ਸਕਦੇ? ਜਦੋਂ ਪੰਜਵੇਂ ਪਾਤਸ਼ਾਹ ਨੇ ਕਹਿਤਾ ਵੀ ਨਹੀਂ, ਗੱਲ ਬਣਦੀ ਨਹੀਂ। ਐਸੇ ਮਹਾਂਪੁਰਖ ਸਾਧ ਕੀ ਸੋਭਾ ਸਾਧ ਬਨ ਆਈ, ਸੰਤ ਬਾਰੇ ਕੋਈ ਸੰਤੀ ਬੋਲੇ ਤੇ ਜਾਇਦਾ ਹੈ। ਅਸੀਂ ਫਿਰ ਵੀ ਯਤਨ ਕਰਦੇ ਹਾਂ ਮਹਾਰਾਜ ਦਾ ਵੋਟ ਲੈ ਕੇ, ਆਸਰਾ ਲੈ ਕੇ। ਚਲੋ ਮੈਨੂੰ ਇੱਕ ਗੱਲ ਚੇਤੇ ਆ ਗਈ, ਸੰਤ ਦੀ ਗੱਲ ਸੰਤੀ ਸਮਝ ਸਕਦਾ, ਆਮ ਬੰਦੇ ਦੇ ਵੱਸ ਦੀ ਗੱਲ ਹੀ ਹੈ। ਇੱਕ ਆਨੰਦਪੁਰ ਸਾਹਿਬ ਮੈਨੂੰ ਸੱਜਣ ਮਿਲਿਆ, ਉਹ ਲੇ ਮਹੱਲੇ 'ਤੇ, ਉਹਨੂੰ ਸਾਰੇ ਪਾਗਲ ਕਹਿੰਦੇ, ਮਸਤਾਨਾ। ਮੈਂ ਵੀ ਮਸਤਾਨਾ ਹੀ ਸਮਝਿਆ ਵੀ ਕਮਲਾ। ਉਹ ਮੈਨੂੰ ਕਹਿੰਦਾ ਨੰਬਰ ਲਾ, ਨੰਬਰ ਡਾਇਲ ਕਰ। ਕਹਿੰਦਾ ਮੈਂ ਜਿੰਨਿਆਂ ਨੂੰ ਕਹਿੰਦਾ ਨੰਬਰ ਲਾ ਦਿਓ ਮੇਰਾ, ਉਹ ਸਾਰੇ ਕਹਿੰਦੇ ਨਹੀਂ ਲੱਗਣਾ।
ਲੈਣ ਬਿਜ਼ੀ ਆ, ਨਹੀਂ ਲੱਗਣਾ ਲੈਣ ਬੜੀ ਬਿਜ਼ੀ ਆ। ਜਦੋਂ ਵੱਡਾ ਜੋੜ ਮੇਲਾ ਹੋਵੇ ਫਿਰ ਨਹੀਂ ਲੱਗਦਾ ਨਾ। ਤੇ ਮੈਨੂੰ ਨਾ ਸਮਝ ਪਈ ਵੀ ਇਹ ਕਹਿੰਦਾ ਕੀ ਆ। ਮੈਂ ਕਿਹਾ ਯਾਰ ਇਹਦਾ ਨੰਬਰ ਕਿਉਂ ਨਹੀਂ ਲਾਉਂਦੇ। ਮੈਂ ਚੁੱਕਿਆ ਟੈਲੀਫੋਨ, ਮੈਂ ਲਾਉਣ ਲੱਗ ਪਿਆ, ਉਹ ਹੱਸ ਪਿਆ, ਕਹਿੰਦਾ ਚੱਲ ਲਾ ਕੇ ਵੇਖ ਲਾ। ਮੈਂ ਆਖਿਆ ਨਹੀਂ ਲੱਗਦਾ ਲੈਣ ਬਿਜ਼ੀ ਆ। ਕਹਿੰਦਾ ਬਸ ਇਹੀ ਤੇ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਵਾਂ ਵੀ ਰੱਬ ਦੀ ਲੈਣ ਬੜੀ ਬਿਜ਼ੀ ਆ, ਤੇਰਾ ਨੰਬਰ ਨਹੀਂ ਲੱਗਣਾ, ਬੜਾ ਬਿਜ਼ੀ ਚੱਲਦਾ ਹੈ, ਨੈਟਵਰਕ ਬਹੁਤ ਇਕੱਠਾ ਹੋਇਆ ਪਿਆ, ਪਤਾ ਨਹੀਂ ਕਿਹਦੀ ਤਾਰ ਜੁੜਨੀ ਕਿਹਦੀ ਨਹੀਂ ਜੁੜਨੀ, ਇਹ ਤੇ ਮਹਾਰਾਜ ਜਾਣੇ ਕਿਹਦੀ ਜੁੜਨੀ। ਇੱਥੇ ਤੁੱਕਾ ਨਹੀਂ ਚੱਲਦਾ, ਇਹ ਟੈਲੀਫੋਨਿਆਂ ਦੇ ਤੁੱਕਾ ਚੱਲ ਜਾਂਦਾ ਕਿਸੇ ਦੀ ਜੁੜ ਗਈ। ਉਹਨੂੰ ਸਾਰੇ ਪਾਗਲ ਸਮਝਦੇ, ਮਸਤਾਨਾ ਸਮਝਦੇ, ਮੈਂ ਵੀ ਉਹਨੂੰ ਪਾਗਲ ਹੀ ਸਮਝਿਆ, ਮਸਤਾਨਾ ਸਮਝਿਆ, ਪਰ ਉਹਨੇ ਗੱਲ ਐਡੀ ਪਤੇ ਦੀ ਕੀਤੀ ਅਤੇ ਚਪੇੜ ਇਹੋ ਜਿਹੀ ਮਾਰੀ ਆਪਣੇ ਵਚਨ ਦੀ, ਕਹਿੰਦਾ ਨਹੀਂ ਲੱਗਣੀ ਲੈਣ ਬੜੀ ਬਿਜ਼ੀ। ਕਿਸੇ ਕਰਮਾਂ ਵਾਲੇ ਦਾ ਕਹਿੰਦਾ ਨੈਟਵਰਕ ਜੁੜੂਗਾ। ਮਹਾਂਪੁਰਖ ਸੰਤ ਦੀ ਗੱਲ ਸੰਤ ਕਰੇ, ਸੰਤ ਦੀ ਗੱਲ ਸੰਤ ਹੀ ਸਮਝ ਸਕਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਰਾਗ ਜਾਤ ਰਾਗੀ ਜਨ, ਬੈਰਾਗ ਬੈਰਾਗੀ ਜਨ। ਕੀਰਤਨੀਏ ਨੂੰ ਪਤਾ ਕੀਰਤਨ ਕੀ ਆ, ਕਿੱਥੋਂ ਗਾ ਰਿਹਾ ਹੈ, ਕਿੱਥੋਂ ਨਹੀਂ ਠੀਕ ਗਾ ਰਿਹਾ, ਗਲਤ ਗਾ ਰਿਹਾ, ਸੁਰ ਨਹੀਂ ਠੀਕ, ਤਾਲ ਨਹੀਂ ਠੀਕ। ਡਾਕਟਰ ਨੂੰ ਪਤਾ ਹੈ ਵੀ ਕਿੱਡਾ ਕੁ ਡਾਕਟਰ ਹੈ। ਇਸੇ ਤਰ੍ਹਾਂ ਜ਼ਿਮੀਂਦਾਰ ਨੂੰ ਪਤਾ ਹੈ ਵੀ ਠੀਕ ਵਾਈ ਕਰ ਰਿਹਾ ਕਿ ਨਹੀਂ ਕਰ ਰਿਹਾ। ਇੱਕ ਸ਼ੁੱਧ ਪਾਠੀ ਨੂੰ ਪਤਾ ਹੈ ਵੀ ਇਹ ਪਾਠ ਸ਼ੁੱਧ ਕਰ ਰਿਹਾ ਕਿ ਨਹੀਂ ਕਰ ਰਿਹਾ। ਅਸੀਂ ਪਤਾ ਕੀ ਕਹਿੰਦੇ, ਬੱਲੇ ਬੱਲੇ ਬੜੀ ਆਵਾਜ਼ ਹੋਏ, ਭਾਵੇਂ ਸਾਰਾ ਗਲਤੀ ਪੜੀ ਜਾਵੇ, ਏਕਾਂ ਲਾ ਲਾ ਕਹਿੰਦੇ ਬੜੀ ਆਵਾਜ਼। ਆਪਾਂ ਤਾਂ ਆਵਾਜ਼ ਹੀ ਸੁਣਦੇ ਪਿੰਡਾਂ ਵਾਲੇ ਵੀ, ਐਂ ਕਿਤੇ ਗੱਲ ਹੋਵੇ ਤਾਂ ਆਵਾਜ਼। ਚਲੋ ਗੱਲ ਚੇਤੇ ਆ ਗਈ, ਸਤਸੰਗ ਕਿਹਨੂੰ ਕਹਿੰਦੇ ਆ? ਕਹਿੰਦੇ ਬੱਲੇ ਬੱਲੇ ਵੀ ਬੜਾ ਸੋਹਣਾ ਟੈਂਟ ਸੀ, ਇਹ ਸਤਸੰਗ ਹੁੰਦਾ। ਬੱਲੇ 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 ਵੀ ਬੜਾ ਇਕੱਠ ਸੀ, ਇਹ ਸਤਸੰਗ ਹੁੰਦਾ। ਇਕੱਠ ਨੂੰ ਸਤਸੰਗ ਕਹਿੰਦੇ। ਬੱਲੇ ਬੱਲੇ ਵੀ ਬਾਬੇ ਦੀ ਕਿਤੇ ਆਵਾਜ਼ ਸੀ, ਇਹਨੂੰ ਸਤਸੰਗ ਕਹਿੰਦੇ ਵੀ ਆਵਾਜ਼ ਬੜੀ ਸੋਹਣੀ ਸੀ। ਅਤੇ ਹੁਣ ਤੁਸੀਂ ਗੁੱਸਾ ਨਾ ਕਰਿਓ, ਕਈ ਤਾਂ ਇੱਥੋਂ ਤੱਕ ਕਹਿੰਦੇ ਬੱਲੇ ਬੱਲੇ ਵੀ ਬਾਬਾ ਬੜਾ ਸੋਹਣਾ ਸੀ, ਵੀ ਤੂੰ ਰਿਸ਼ਤਾ ਕਰਨਾ ਉਹਨਾਂ, ਇਹ ਸਤਸੰਗ। ਬਾਬੀ ਜੰਜ ਇਹੀ ਹੁੰਦੀ ਆ, ਤੁਸੀਂ ਦੂਜੀ ਨਾ ਸਮਝ ਲਿਓ। ਕਿ ਸੰਤਾਂ ਨੇ ਸਰੀਰ ਛੱਡਤਾ ਅਤੇ ਬਾਬਾ ਠਾਕਰ ਸਿੰਘ ਜੀ ਉਦੋਂ ਅਮਰੀਕਾ ਪਹੁੰਚਿਆ ਨਹੀਂ ਗਿਆ ਸੰਸਕਾਰ 'ਤੇ। ਜਦੋਂ ਬਾਬਾ ਕੀਰਤਨ ਸਿੰਘ ਜੀ ਦਾ ਸਰੀਰ ਪਲੰਘੇ 'ਤੇ ਰੱਖ ਕੇ ਜਲੂਸ ਕੱਢਿਆ, ਨਗਰ ਕੀਰਤਨ ਕੱਢਿਆ, ਬਾਬੇ ਠਾਕਰ ਸਿੰਘ ਹੁਣੀ ਵਿੱਚ ਸ਼ਾਮਿਲ ਹੀ ਨਹੀਂ ਸੀ, ਉਹ ਅਮਰੀਕਾ ਬੈਠੇ। 6 ਮਹੀਨੇ ਪਹਿਲਾਂ ਦੋਵਾਂ ਨੂੰ ਪਤਾ ਹੈ, ਉਹਨੂੰ ਪਤਾ ਵੀ ਮੈਂ ਸਰੀਰ ਛੱਡ ਜਾਣਾ ਅਤੇ ਉਹਨੂੰ ਪਤਾ ਵੀ ਮੇਰੇ ਤੋਂ ਪਹੁੰਚਿਆ ਨਹੀਂ ਜਾਣਾ। ਵੇਖੋ ਰਮਜਾਂ ਸੰਤਾਂ ਦੀ। ਉਹ ਕਹਿੰਦਾ ਮੇਰੀ ਜੰਜੇ ਚੜ੍ਹੇਗਾ, ਉਹ ਕਹਿੰਦਾ ਮੈਂ ਨਹੀਂ ਚੜ੍ਹਨਾ, ਮੈਂ ਨਹੀਂ ਵੇਖਣਾ ਤੇਰਾ ਵਿਆਹ, ਮੈਨੇ ਸੰਸਕਾਰ। ਕਿਉਂ ਮੌਤ ਨੂੰ ਵੀ ਵਿਆਹ ਆਖਿਆ ਨਾ ਬਾਣੀ ਦੇ ਵਿੱਚ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਤਾਂ ਐਸੀ ਮਹਾਂਪੁਰਖਾਂ ਦੀ ਕਮਾਈ, ਸਾਧਕੀ ਸੋਭਾ ਸਾਧ ਮਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸੰਤਾਂ ਦੀ ਉਸਤਤ ਕੌਣ ਕਰ ਸਕਦਾ, ਮਹਾਂਪੁਰਖਾਂ ਦੀ ਉਸਤਤ ਕੌਣ ਕਰ ਸਕਦਾ? ਹਾਂ, ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਐਸਾ ਜੀਵਨ ਸਾਡਾ ਬਣਤ ਨਹੀਂ ਸਕਦਾ ਸੰਤਾਂ ਵਰਗਾ, ਪਰ ਫਿਰ ਵੀ ਤਰਸ ਕਰਿਓ, ਕਿਤੇ ਮਿਹਰ ਕਰਿਓ ਕਿ ਕਿਣਕਾ ਸਾਡੇ ਹਿਰਦੇ ਦੇ ਵਿੱਚ ਵੱਸ ਜਾਵੇ। ਸਾਡੀ ਹਾਲਤ ਪਤਾ ਕਿੱਦਾਂ ਦੀ ਹੈ, ਬਾਬਾ ਜੀ ਨੇ ਪੂਰੇ 9:15 ਕੀਰਤਨ ਸ਼ੁਰੂ ਕਰਨਾ ਅਤੇ ਮਹਾਂਪੁਰਖ ਟਾਈਮ ਦੇ ਪਾਬੰਦ ਨੇ। ਸਾਡੀ ਹਾਲਤ ਹੈ, ਸੰਤ ਗਿਆਨੀ ਕਿਰਪਾਲ ਸਿੰਘ ਜੀ ਨੇ ਵਿਸਾਖੀ ਅੰਕਿਤ ਕੀਤੀ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
ਹਰ ਕਾ ਨਾਮ ਜਪਤ ਹੋਏ ਸੁਖੀ। ਨਾਮ ਤੋਂ ਬਿਨਾਂ ਕਿਸੇ ਨੇ ਸਹਾਇਤਾ ਨਹੀਂ ਕਰਨੀ। ਪੰਜਵੇਂ ਪਾਤਸ਼ਾਹ ਨੇ ਬੜਾ ਸਮਝਾਇਆ ਪਰ ਅਸਰ ਨਹੀਂ ਹੁੰਦਾ। ਹਿਰਦਾ ਬਹੁਤਾ ਮਾੜਾ ਹੈ, ਮੈਲਾ ਹੈ, ਇਸ ਕਰਕੇ ਗੱਲ ਉੱਤਰਦੀ ਨਹੀਂ ਥੱਲੇ ਢਿੱਡ 'ਚ, ਦਿਲ 'ਚ ਵੱਸਦੀ ਨਹੀਂ। ਉਹ ਤਾਂ ਨਹੀਂ ਵੱਸਦੀ ਵੀ ਦਿਲ 'ਚ ਮੈਲ ਬੜੀ ਬੈਠੀ, ਜਿੱਦਣ ਲਹਿ ਗਈ ਉੱਦਣ ਇੱਕ ਵਚਨ ਵੀ ਬੜਾ ਮਹਾਰਾਜ ਦਾ ਸਾਰੀ ਉਮਰ ਲੰਘੂਗੀ ਉਹਦੇ 'ਤੇ, ਅਜੇ ਉਹ ਲੱਥੀ ਨਹੀਂ। ਵੈਸੇ ਤਾਂ ਮਹਾਰਾਜ ਬੜਾ ਸਮਝਾਉਂਦੇ ਜ਼ੋਰ ਦੇ ਕੇ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾਂ ਨਾਮ ਤੇਰੇ ਸੰਗ ਸਹਾਈ। ਇੱਕ ਐਸੀ ਜਗ੍ਹਾ ਜਿੱਥੇ ਮਾਂ ਵੀ ਨਹੀਂ ਹੋਣੀ, ਪਿਓ ਵੀ ਨਹੀਂ ਹੋਣਾ, ਪਿਤਾ ਵੀ ਨਹੀਂ ਹੋਣਾ, ਕਿਸੇ ਨੇ ਤੇਰੀ ਬਾਂਹ ਨਹੀਂ ਫੜਨੀ, ਸਹਾਇਤਾ ਨਹੀਂ ਕਰਨੀ। ਰੋਜ਼ ਰਹਿਰਾ ਸਾਹਿਬ 'ਚ ਵੀ ਪੜ੍ਹੀਦਾ ਵਾ, ਅੱਜ ਵੀ ਪੜ੍ਹਿਆ ਵਾ, ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ। ਜਨਨੀ ਕਹਿੰਦੇ ਮਾਂ ਨੂੰ, ਪਿਤਾ ਪਿਤਾ ਹੋ ਗਿਆ, ਲੋਕ ਸਾਰੀ ਦੁਨੀਆ ਹੋ ਗਈ, ਬਨਤਾ ਘਰ ਵਾਲੀ ਹੋ ਗਈ, ਪੁੱਤ ਹੋ ਗਏ। ਇਹ ਕੋਈ ਕਿਸੇ ਦਾ ਆਸਰਾ ਨਹੀਂ ਆ, ਧਿਰ ਨਹੀਂ ਆ, ਕੋਈ ਆਸਰਾ ਕਿਸੇ ਦਾ ਨਹੀਂ ਹੈ, ਪਰ ਨਹੀਂ ਯਕੀਨ ਕਰਦੇ, ਨਹੀਂ ਉਸ ਗੱਲ 'ਤੇ ਆਉਂਦੇ। ਤਾਂ ਮਹਾਰਾਜ ਨੇ ਸਾਨੂੰ ਬੜਾ ਜ਼ੋਰ ਦੇ ਕੇ ਸਮਝਾਇਆ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾ, ਅਨਕ ਪੁਨਹਿ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾ ਪਰਹੇ, ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਕ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੂਰੀ ਬੰਧਨ ਪਰੇ ਹਰ ਕਾ ਨਾਮ ਜਪਤ, ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ, ਹਰ ਕਾ ਨਾਮ ਜਪਤ ਗਾਵੇ, ਜਿਹ ਮਾਰ ਗਏ ਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੇਲ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਏ। ਪਰ ਨਹੀਂ ਉਸ ਗੱਲ 'ਤੇ ਆਉਂਦੇ ਨਹੀਂ ਨਾ, ਬਾਣੀ ਕੰਠ ਕਰ ਲਈ ਜਵਾਨੀ ਪਰ ਅਸਰ ਕੋਈ ਨਹੀਂ, ਬਾਣੀ ਜ਼ਰੂਰ ਕੰਠ ਹੈਗੀ ਪਰ ਅਸਰ ਕੋਈ ਨਹੀਂ। ਤਾਂ ਸਾਡੀ ਹਾਲਤ ਕਹਿੰਦੇ ਕਿ ਰਾਜੇ ਵਰਗੀ ਆ, ਪੁਰਾਣੇ ਰਾਜੇ ਬੜੀਆਂ ਰਾਣੀਆਂ, ਮੈਂ ਤਾਂ ਇੱਕ ਜਗ੍ਹਾ ਪੜ੍ਹਿਆ ਕਹਿੰਦੇ 365, ਮਹਾਰਾਜ ਕਹਿੰਦੇ 365 ਦੀ ਗੱਲ ਛੱਡ, ਭਾਵੇਂ ਤੂੰ ਲੱਖ ਰੱਖ ਲਾ, ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਵੇ, ਤਾਂ ਵੀ ਕਹਿੰਦੇ ਠੰਡ ਤਾਂ ਨਹੀਂ ਪੈਂਦੀ ਕਦੀ ਕਿਸੇ, ਸ਼ਾਂਤੀ ਤਾਂ ਨਹੀਂ ਆਉਂਦੀ, ਭਾਵੇਂ ਤੂੰ ਲੱਖ ਰੱਖ, ਕਹਿੰਦੇ 365 ਵੀ ਕਿਉਂ। ਹੋਇਆ ਕਿ ਚਾਰ ਰਾਣੀਆਂ ਇਸ਼ਨਾਨ ਕਰਾਉਂਦੀਆਂ ਪਈਆਂ, ਛੋਟੀ ਇਸ਼ਨਾਨ ਕਰਾ ਕੇ ਉਹਦਾ ਪਿੰਡਾ ਪਹੁੰਚਦੀ ਪਈ ਹੈ, ਤਾਂ ਹੋਇਆ ਕਿ ਗਰਮ ਅਥਰੂ ਦੀ ਬੂੰਦ ਉਹਦੀ ਪਿੱਠ ਉੱਤੇ ਡਿੱਗੀ। ਉਹਨੇ ਤਾਂ ਨੂੰ ਵੇਖਿਆ, ਲੈ ਰਾਣੀ ਰੋਂਦੀ ਪਈ ਹੈ, ਕਹਿੰਦਾ ਬਈ ਤੂੰ ਕਿਉਂ ਰੋਂਦੀ ਹੈ, ਸਿਰਫ ਇੱਕ ਚਾਦਰ ਬੰਨੀ ਸੀ ਰਾਜੇ, ਕਹਿੰਦੀ ਮੇਰੇ ਭਰਾ ਦੀ ਚਿੱਠੀ ਆਈ ਆ, ਉਹ ਕਹਿੰਦਾ ਮੈਂ ਸਾਧ ਹੋ ਜਾਣਾ। ਰਾਜਾ ਹੱਸ ਪਿਆ, ਕਹਿੰਦਾ ਫਿਰ ਰੋਣ ਵਾਲੀ ਕੀ ਗੱਲ ਹੈ ਜੇ ਸਾਧ ਹੋ ਜਾਣਾ। ਕਹਿੰਦੀ ਉਹ ਕਹਿੰਦਾ ਵੀ 8 ਦਿਨਾਂ 'ਚ ਮੈਨੂੰ ਮਿਲਾ, ਫਿਰ ਮੈਂ ਤੇਰੇ ਮੱਥੇ ਨਹੀਂ ਲੱਗਣਾ, ਕਿਸੇ ਦੇ ਮੱਥੇ ਨਹੀਂ ਲੱਗਣਾ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਸਾਨੂੰ ਕਿਸੇ ਨਾ ਕੀ, ਐਸੀ ਵਿਰਾਗ ਵਾਲੀ ਦ੍ਰਿਸ਼ਟੀ ਧਾਰ ਕੇ ਸਾਧ ਹੋਣਾ। ਰਾਜਾ ਕਹਿੰਦਾ ਤੂੰ ਰੋ ਨਾ, ਉਹਨੇ ਸਾਧ ਨਹੀਂ ਆਉਣਾ। ਉਹ ਕਹਿੰਦੀ ਨਹੀਂ, ਉਹ ਨਿੱਕਾ ਹੁੰਦਾ ਹੀ ਇੱਦਾਂ ਦਾ, ਨਿੱਕੇ ਹੁੰਦੇ ਦੇ ਖਿਆਲ ਉਹਦੇ ਇੱਦਾਂ ਦੇ ਸੀ। ਉਹ ਕਹਿੰਦਾ ਮੈਂ ਤੈਨੂੰ ਕਹਿੰਦਾ ਕਮਲੀਏ ਨਾ ਰੋ, ਉਹਨੇ ਸਾਧ ਨਹੀਂ ਆਉਣਾ। ਕਹਿੰਦੀ ਤੈਨੂੰ ਕਿੱਦਾਂ ਪਤਾ ਹੈ? ਰਾਜਾ ਪਤਾ ਕੀ ਕਹਿੰਦਾ, ਕਹਿੰਦੇ ਜਿਹੜੇ ਚਿੱਠੀ ਪਾ ਕੇ ਸਾਧ ਹੁੰਦੇ ਹੁੰਦੇ ਨਾ, ਉਹ ਨਹੀਂ ਸਾਧ ਹੁੰਦੇ ਕਦੇ, ਜਿਹੜੇ ਆ ਪੁੱਛਦੇ ਆ ਨਾ ਨਾਮ ਕਿੱਦਾਂ ਜਪਣਾ, ਇਹ ਸਵਾਦ ਲੈਣ ਵਾਲਿਆਂ 'ਚੋਂ ਹੀ ਆ। ਵੀ ਇੰਨੀ ਉਮਰ ਹੋ ਗਈ ਆ, ਇੰਨਾ ਚਿਰ ਹੋ ਗਿਆ ਵਾ, ਜੇ ਜਪਣਾ ਹੁੰਦਾ ਤਾਂ 10 ਸਾਲ ਪਹਿਲਾਂ ਜਪ ਲੈਣਾ ਸੀ। ਤਾਂ ਰਾਜਾ ਕਹਿੰਦਾ ਜਿਹੜੇ ਚਿੱਠੀ ਪਾ ਕੇ ਕਹਿਣ ਨਾ ਮੈਂ ਸਾਧ ਹੋਣਾ, ਉਹ ਸਾਧ ਨਹੀਂ ਹੁੰਦੇ ਹੁੰਦੇ, ਜਿਹਨੇ ਹੋਣਾ ਉਹ ਚਿੱਠੀ ਨਹੀਂ ਪਾਉਂਦਾ ਹੁੰਦਾ, ਜਿਹਨੇ ਇਸ ਬੰਨੇ ਤੁਰਨਾ ਉਹ ਪੁੱਛਦਾ ਨਹੀਂ ਹੁੰਦਾ ਫਿਰ ਕਦੀ ਕਿਸੇ ਨੂੰ, ਉਹ ਤੁਰ ਪੈਂਦਾ ਫਿਰ ਮਹਾਰਾਜ ਆਪ ਸਹਾਈ ਹੁੰਦਾ। ਜੈਸੀ ਭੁੱਖ ਤੈਸੀ ਕਾ ਪੂਰਕ, ਜਿੱਦਣ ਸੱਚੀ ਭੁੱਖ ਲੱਗ ਗਈ ਕਹਿੰਦੇ ਆਪੇ ਰੋਟੀ ਲੈ ਕੇ ਆਉ, ਅਜੇ ਲੱਗੀ ਨਹੀਂ ਕਿਸੇ। ਸੋ ਸਾਡੀ ਹਾਲਤ ਤਾਂ ਇੱਥੇ ਜੇ ਖੜੀ ਹੈ ਸਾਧ ਸੰਗਤ ਜੀ,
ਸਤਿਗੁਰੂ ਸਾਡੇ ਤੇ ਕਿਰਪਾ ਕਰਨ, ਐਸੇ ਮਹਾਂਪੁਰਖ ਸਾਡੇ ਤੇ ਕਿਰਪਾ ਕਰਨ। ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਦਾ ਬੜਾ ਵੱਡਾ ਉਪਰਾਲਾ ਹੈ। ਵਾਹਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ ਜਦੋਂ ਬੰਦਾ ਪਰਉਪਕਾਰ ਵਾਲੇ ਬੰਨੇ ਤੁਰ ਪੈਂਦਾ ਹੈ। ਪਰਉਪਕਾਰ ਕਰਨਾ ਪਰਮੇਸ਼ਰ ਦਾ ਕੰਮ ਕਰਨਾ ਹੈ। ਸੋ ਇਹ ਲੰਗਰ ਚਲਾਉਂਦੇ ਹਨ, ਕੀਰਤਨ ਕਰਦੇ ਹਨ, ਸੰਗਤਾਂ ਨੂੰ ਅੰਮ੍ਰਿਤ ਛਕਾਉਂਦੇ ਹਨ, ਬੱਚੀਆਂ ਦਾ ਵਿਆਹ ਕਰਦੇ ਹਨ, ਤਾਂ ਸੇਵਾ ਉੱਤੇ ਸਤਿਗੁਰੂ ਪ੍ਰਸੰਨਤਾ ਹੁੰਦੇ। ਸੋ ਉਹਨਾਂ ਦਾ ਜਿੱਥੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਉੱਥੇ ਸਤਿਕਾਰਯੋਗ ਮਹਾਂਪੁਰਖ ਆਏ ਬਾਬਾ ਗੁਰਦਿਆਲ ਸਿੰਘ ਜੀ ਔਰ ਹਰੀਆਂ ਵੇਲਾਂ ਤੋਂ ਗੁਰਮੁਖ ਪਿਆਰੇ ਜਥੇਦਾਰ ਜੀ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭਾਈ ਸਰਬਜੀਤ ਸਿੰਘ ਜੀ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰਮਤਿ ਵਿਚਾਰ ਦੇ ਨਾਲ ਜੋੜ ਰਹੇ ਸਨ ਸੰਤ ਗਿਆਨੀ ਜੀਵਾ ਸਿੰਘ ਜੀ ਦਮਦਮੀ ਟਕਸਾਲ ਵਾਲੇ, ਜਿਨ੍ਹਾਂ ਨੇ ਬਹੁਤ ਹੀ ਪਿਆਰ ਅਦਬ ਸਤਿਕਾਰ ਦੇ ਨਾਲ ਆਪਾਂ ਸਾਰਿਆਂ ਨੂੰ ਗੁਰਮਤਿ ਦੇ ਧਾਰਨੀ ਹੋਣ ਵਾਸਤੇ ਪ੍ਰੇਰਣਾ